ਤਾਲੀਵਾਲ ਸਾਹਿਬ ਇੱਕ ਖੇਤੀਬਾੜੀ ਦੀ ਮਸ਼ੀਨਰੀ ਦੇ ਵਿੱਚ ਜਿਹੜੇ ਪਿਛਲੇ ਸਰਕਾਰਾਂ ਦੇ ਵਿੱਚ ਘੁਟਾਲੇ ਸਾਹਮਣੇ ਆਏ ਸੀ ਉਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਹੁਣ ਸਰਕਾਰ ਕੋਈ ਨਵੀਂ ਨੀਤੀ ਬਣਾਉਣ ਜਾ ਰਹੀ ਹੈ ਜੀ ਤਾਂ ਕਿ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ ਉਹ ਨਵੀਂ ਨੀਤੀ ਕੀ ਹੈ ਨਹੀਂ ਨਹੀਂ ਉਹ ਅਸੀਂ ਦੇਖੋ ਪਿਛਲੇ ਸਾਲ ਕੀ ਹੋਇਆ ਸੀਗਾ ਜਦੋਂ 18-19 ਤੇ 20-21 ਦੇ ਵਿੱਚ ਜਦੋਂ ਮਸ਼ੀਨਾਂ ਦੇ ਵਿੱਚ ਗੜਬੜ ਹੋਈ ਤੇ ਜਿਹੜੀ ਮਸ਼ੀਨ ਸੀਗੀ ਇੱਕ ਮਸ਼ੀਨ ਨੂੰ ਦਿਖਾ ਕੇ ਚਾਰ ਚਾਰ ਪੰਜ ਪੰਜ ਲੋਕ ਜਿਹੜੇ ਖਾਸ ਤੌਰ 'ਤੇ ਜਿਹੜੇ ਗਾੜੀ ਇਹਨਾਂ ਦੀਆਂ ਫੈਕਟਰੀਆਂ ਵਾਲਿਆਂ ਦੇ ਮਤਲਬ ਡਿਸਟ੍ਰੀਬਿਊਟਰ ਸੀਗੇ ਡੀਲਰ ਸੀਗੇ ਉਹਨਾਂ ਨੇ ਦਿਖਾ ਕੇ ਅਤੇ ਸਬਸਿਡੀ ਜਿਹੜੀ ਉਹ ਖਾ ਕੇ ਕਾਫੀ ਉਹ ਹੀ ਘਟਾਲਾ ਹੋਇਆ ਅਸੀਂ ਐਤਕਾ ਲਾਜ਼ਮੀ ਕਰਤਾ ਮੈਂ ਕੱਲ੍ਹ ਗਿਆ ਸੀਗਾ ਸਾਰੇ ਚਾਰ ਪੰਜ ਫੈਕਟਰੀਆਂ 'ਤੇ ਮੈਂ ਜਾ ਕੇ ਅਸੀਂ ਲਾਜ਼ਮੀ ਕਰਤਾ ਕਿ ਉਹਦੇ 'ਤੇ ਲੇਜ਼ਰ ਦੇ ਨਾਲ ਹਰ ਮਸ਼ੀਨ ਦੇ ਉੱਤੇ ਨੰਬਰ ਲਿਖਾਂਗੇ ਉਹ ਨੰਬਰ ਸਾਡੇ ਪੋਰਟਲ 'ਤੇ ਵੀ ਹੋਊਗਾ ਉਹਨਾਂ ਕੋਲ ਵੀ ਹੋਊਗਾ ਡੀਲਰਾਂ ਕੋਲ ਵੀ ਹੋਊਗਾ ਇਸ ਕਰਕੇ ਉਹ ਇੱਦਾਂ ਦਾ ਮਤਲਬ ਲਿਖਾਂਗੇ ਕਿ ਮਤਲਬ ਉਹ ਕਿਸੇ ਵੀ ਤਰ੍ਹਾਂ ਬਦਲਿਆ ਨਹੀਂ ਜਾ ਸਕਦਾ ਲੇਜ਼ਰ ਦੇ ਨਾਲ ਬੋਡੀ ਦੇ ਵਿੱਚ ਉਹਦੇ ਉਸ ਪਾਰਟ ਦੇ ਉੱਤੇ ਆ ਜਿੱਥੋਂ ਮਤਲਬ ਉਹਨੂੰ ਖੋਲ੍ਹ ਕੇ ਚੇਂਜ ਨਹੀਂ ਕੀਤਾ ਜਾ ਸਕਦਾ ਇਹ ਕਰਕੇ ਇੱਕ ਮਸ਼ੀਨ ਇੱਕ ਵਾਰਾਂ ਹੀ ਵਿਕੂਗੀ ਇੱਕ ਵਾਰਾਂ ਹੀ ਉਹ ਕਾਗਜ਼ਾਂ ਜਾਊਗੀ ਪਿਛਲੀ ਵਾਰ ਇੱਕ ਮਸ਼ੀਨ ਜਿਹੜੀ 10-10 ਵਾਰ ਵਿਕੀ ਮਤਲਬ ਇਹ ਸਭ ਤੋਂ ਵੱਡਾ ਕਿਸਾਨਾਂ ਦੇ ਹਿੱਤਾਂ ਵਾਲਾ ਔਰ ਉਹਨਾਂ ਨੂੰ ਵੀ ਕੱਲ੍ਹ ਕਿਹਾ ਕੰਪਨੀ ਵਾਲਿਆਂ ਨੂੰ ਪਹਿਲਾਂ ਕਿਤੇ ਮੀਟਿੰਗ ਵੀ ਕੀਤੀ ਉਹਨਾਂ ਨਾਲ ਉਹਨਾਂ ਦੇ ਵੀ ਹਿੱਤਾਂ ਵਾਲਾ ਕਿ ਮਤਲਬ ਜਿਹੜਾ ਇਹ ਘਟਾਲਾ ਜੇ ਰੋਕਣਾ ਇੱਕ ਤਾਂ ਅਸੀਂ ਇਹ ਕੀਤਾ ਦੂਜਾ ਅਸੀਂ ਇਹ ਕੀਤਾ ਕਿ ਜਿਹੜੀ ਸਬਸਿਡੀ ਹੈ ਉਹ ਪਿਛਲੀ ਵਾਰ ਜਿਹੜੀ ਸਬਸਿਡੀ ਸੀ ਉਹ ਡੀਲਰਾਂ ਅਤੇ ਕੰਪਨੀਆਂ ਦੇ ਖਾਤੇ 'ਚ ਗਈ ਐਤਕਾ ਅਸੀਂ ਸਬਸਿਡੀ ਸਿੱਧੀ ਕਿਸਾਨ ਦੇ ਖਾਤੇ 'ਚ ਵੀ ਕਿਸਾਨ ਦੇ ਖਾਤੇ 'ਚ ਪੈਸੇ ਪਾਵਾਂਗੇ ਇਸ ਇਸ ਕਰਕੇ ਸਾਡੀ 100% ਕੋਸ਼ਿਸ਼ ਹੈ ਕਿ ਐਤਕਾ ਕੋਈ ਨਿੱਕਾ ਮੋਟਾ ਵੀ ਕੋਈ ਅੱਗੇ ਤਾਂ ਮਤਲਬ ਅਰਬਾਂ 'ਚ ਹੋ ਗਿਆ ਮਤਲਬ ਅਸੀਂ ਚਾਹੁੰਦੇ ਹਾਂ ਕਿ ਕੋਈ ਕੋਈ 10-20 ਹਜ਼ਾਰ ਰੁਪਈਏ ਦਾ ਘਪਲਾ ਨਾ ਕਰ ਸਕੇ ਇੱਦਾਂ ਦਾ ਸਿਸਟਮ ਸਾਰਾ ਜਿਹੜਾ ਨਹੀਂ ਉਹ ਵਹੀਕਲ ਦੇ ਨੰਬਰ ਜਿਹੜੇ ਆ ਉਹ ਤਾਂ ਤੁਸੀਂ ਅੱਗੇ ਪਲੇਟ ਲਾ ਕੇ ਲਿਖਦੇ ਹੋ ਨਾ ਇਹ ਸਰ ਬਾਡੀ ਦੇ ਉੱਤੇ ਲਿਖਣਾ ਚੈਸੀ ਨੰਬਰ ਮੈਨੂੰ ਪਤਾ ਨਹੀਂ ਉਹ ਤਾਂ ਏਜੰਸੀਆਂ ਜਾਂਚ ਕਰਨੀਆਂ ਦੇਖੋ ਕਾਂਗਰਸੀਆਂ ਨੇ ਕਿੱਥੇ ਪੈਸੇ ਵਰਤੇ ਆ ਹੋਇਆ ਤਾਂ ਉਹਨਾਂ ਦੇ ਰਾਜ 'ਚ ਆ ਇਹ ਤਾਂ ਜਿਹੜੇ ਜਾਂਚ ਅਧਿਕਾਰੀ ਆ ਜਾਂਚ ਏਜੰਸੀ ਕਰ ਰਹੀ ਆ ਇਹ ਤਾਂ ਉਹ ਇਹਨੂੰ ਵੇਖੂਗੀ ਵੀ ਇਹ ਪੈਸੇ ਕਿੱਥੇ ਗਏ ਕਿੱਥੇ ਨਹੀਂ ਗਏ ਸਮਝੇ ਕਿ ਉਹ ਜਿੱਥੇ ਵੀ ਗਏ ਹੋਣਗੇ ਅਸੀਂ ਤਾਂ ਮਤਲਬ ਪੈਸੇ ਦੀ ਰਿਕਵਰੀ ਕਰਨੀ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਉਹ ਤਾਂ ਕੋਈ ਦੋ ਰਾਇਆ ਨਹੀਂ ਗਈ ਸਾਡਾ ਤਾਂ ਮਤਲਬ ਕੰਮ ਇਹ ਆ ਕਿ ਘਟਾਲਾ ਹੋਇਆ ਘਟਾਲੇ ਨਾਲ ਸਰਕਾਰ ਨੂੰ ਵੀ ਮਤਲਬ ਜਿਹੜਾ ਉਹ ਥੁੱਕ ਲਾ ਗਏ ਅਤੇ ਕਿਸਾਨਾਂ ਦਾ ਵੀ ਨੁਕਸਾਨ ਹੋ ਗਿਆ ਸਮਝੇ ਕਿ ਉਹ ਨਹੀਂ ਅਸੀਂ ਹੋਣ ਦੇਣਾ ਭਾਵੇਂ ਜੋ ਮਰਜ਼ੀ ਹੋਵੇ ਨਹੀਂ ਨਹੀਂ ਮੈਨੂੰ ਪਤਾ ਨਹੀਂ ਗਾ ਵੇਖੋ ਸਾਡੀ ਡਿਊਟੀ ਕੀ ਹੈ ਮੇਰੀ ਡਿਊਟੀ ਹੈ ਕਿ ਮੈਂ ਆਪਣੀ ਮਤਲਬ ਜਾਂਚ ਕੰਪਲੀਟ ਕਰਕੇ ਆਪਣੇ ਮੁੱਖ ਮੰਤਰੀ ਨੂੰ ਦਿੱਤੀ ਆਪਣੇ ਬੌਸ ਨੂੰ ਦਿੱਤੀ ਹੈ ਮੁੱਖ ਮੰਤਰੀ ਮੇਰਾ ਬੌਸ ਹੈ ਬੌਸ ਨੇ ਅੱਗੇ ਕਿਹੜੀ ਏਜੰਸੀ ਕੋਲ ਜਾਂਚ ਕਰਾਉਣੀ ਆ ਕੀ ਕਰਨਾ ਹੈ ਉਹ ਚੀਫ ਮਿਨਿਸਟਰ ਦੇ ਮਤਲਬ ਉਹਨਾਂ ਦੇ ਅਧਿਕਾਰ ਖੇਤਰ 'ਚ ਮੇਰੇ ਅਧਿਕਾਰ ਖੇਤਰ 'ਚ ਨਹੀਂ ਮੇਰਾ ਜਿੰਨਾ ਕੰਮ ਸੀ ਮੇਰੇ ਮਹਿਕਮੇ ਦਾ ਜਿੰਨਾ ਕੰਮ ਉਹ ਅਸੀਂ ਕਰਤਾ ਕੋਈ ਨਹੀਂ ਅਸੀਂ ਜੇ ਧਮਕੀਆਂ ਮਿਲਣਗੀਆਂ ਉਹਨਾਂ ਦੇ ਨਾਲ ਅਸੀਂ ਸਰਕਾਰ ਨਾਲ ਆ ਕੋਈ ਏਦਾਂ ਦੀ ਗੱਲ ਨਹੀਂ ਕਾਂਗਰਸ ਕੋਈ ਮੁੱਦਾ ਨਹੀਂ ਕਦੀ ਗਵਰਨਰ ਕੋਲ ਚਲ ਜਾਂਦੇ ਆ ਕਦੀ ਕਿਤੇ ਚਲ ਜਾਂਦੇ ਆ ਕਾਂਗਰਸ ਕੋਲ ਤੇ ਬਿਨ ਮੁੱਦਿਆਂ ਤੋਂ ਪਾਰਟੀ ਆ ਬੰਦਾ ਕੋਈ ਨਾਲ ਨਹੀਂ ਪੰਜਾਬ ਨੇ ਰੱਦ ਕਰਤੀ ਦੇਸ਼ ਦੇ ਕਾਂਗਰਸ ਰੱਦ ਕਰਤੀ ਜਿੱਥੇ ਮਰਜ਼ੀ ਤੁਰੇ ਫਿਰਨ ਜਾਣ ਦਾ ਉਹਨਾਂ ਨੂੰ ਅਧਿਕਾਰ ਹੈ ਕੋਈ ਗੱਲ ਨਹੀਂ ਆਪਾਂ ਨੂੰ ਕੀ ਆ ਜਾਣ ਚਲ ਜਾਣ ਕੋਈ ਗੱਲ ਨਹੀਂ ਇੱਥੇ ਕਿਉਂ ਲੱਗਣ